ਅਸਲਾਮ ਵਾਲੇਕੁਮ ਕੀ ਹਾਲ ਹੈ ਸਾਰੇ ਬੇਲੀਆਂ ਦਾ ਬਹੁਤ ਸਾਰੇ ਲੋਕ ਕਹਿੰਦੇ ਸੀ ਸਾਨੂੰ ਸਫੂਦ ਦਿਮਾਗੀ ਦੇ ਬਾਰੇ ਦੱਸੋ ਇਹ ਕੀ ਸ਼ੈ ਆ ਸਫੂਦ ਦਿਮਾਗੀ ਜਿਹੜੀ ਹੈ ਨਾ ਜੀ ਬੜੀ ਬਿਹਤਰੀਨ ਚੀਜ਼ ਆ ਬੱਚਿਆਂ ਦੀ ਨਜ਼ਰ ਵਾਸਤੇ ਪੱਠਿਆਂ ਵਾਸਤੇ ਮਿਹਦੇ ਵਾਸਤੇ ਕੋਈ ਵੀ ਕਿਸੇ ਕਿਸਮ ਦੀ ਅਲਰਜੀ ਆ ਉਹਦੇ ਵਾਸਤੇ ਅਕਸਰ ਬੱਚੇ ਜਿਹੜੇ ਆ ਕਮਜ਼ੋਰ ਹੁੰਦੇ ਆ ਦਿਮਾਗੀ ਉਹ ਜਿ ਸਮਝੋ ਇਹ ਦਿਮਾਗ ਦੀ ਜਿਹੜੀ ਬੂਸਟ ਅਪ ਕਰਦੀ ਆ ਮੈਮਰੀ ਸੈਲਸ ਨੂੰ ਇਹ ਕਿਸ ਤਰ੍ਹਾਂ ਬਣਾਈ ਦੀ ਤੁਹਾਨੂੰ ਅਸੀਂ ਦੱਸਦੇ ਕਿ ਕੀ ਕੀ ਚੀਜ਼ ਇਸਤੇਮਾਲ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਜੋ ਤੁਸੀਂ ਚਣੇ ਭੁਜੇ ਚਣੇ ਲੈਣੇ ਆ ਠੀਕ ਆ ਜੀ ਇਹ 3 ਕਿਲੋ ਚਣੇ ਆ 1 ਕਿਲੋ ਬਦਾਮ ਆ ਗਏ ਇਹ 300 ਗ੍ਰਾਮ ਹੈ ਜੀ ਖੋਪਰਾ ਪਾਊਡਰ ਇਹ 300 ਗ੍ਰਾਮ ਹੈ ਸੌਂਫ 500 ਗ੍ਰਾਮ ਹੈਗਾ ਜੀ ਕਾਜੂ 300 ਗ੍ਰਾਮ ਛੋਟੀ ਇਲਾਇਚੀ 200 ਗ੍ਰਾਮ ਹੈ ਜੀ ਆਪਣਾ ਇਹ ਗੂਨਚਾਰ ਇਸ ਨੂੰ ਇਹ ਦੇਸੀ ਘੀਚ ਭੁੰਨ ਲੈਣਾ ਹੈ ਫਿਰ ਗ੍ਰाइंड ਕਰਕੇ ਫਿਰ ਜਪੇਗੀ ਠੀਕ ਹੈ ਜੀ ਅੱਛਾ ਇਹ 300 ਗ੍ਰਾਮ ਆਗੇ ਖਸ਼ਕਾਸ਼ ਇਹ 500 ਗ੍ਰਾਮ ਆਗੇ ਪਿਸਤੇ ਇਹ ਆ ਗਿਆ ਜੀ ਆਪਣਾ ਮਗਜ਼ ਚਹਾਰ ਇਹ ਹੈ ਜੀ 500 ਇਹ ਮੂਸਲੀ ਸਫੈਦ ਇਹ ਹੈ ਜੀ 250 ਇਹ ਤਿਲ ਸਫੈਦ ਇਹ ਵੀ 250 ਇਹ ਆ ਗਿਆ ਜੀ ਫੁੱਲ ਮਖਾਨਾ ਇਹ ਹੈ 500 ਠੀਕ ਹੈ ਜੀ ਤੇ ਇਹ ਆਪਣੀ ਆ ਗਈ ਸ਼ੱਕਰ ਤੁਸੀਂ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਕੋਈ ਚੀਜ਼ ਮਿੱਠੀ ਜਿਹੜੀ ਪਾਉਣਾ ਚਾਹੋ ਹੁਣ ਇਹ ਜਿਹੜੇ 3 ਕਿਲੋ ਆਪਣੇ ਹੈ ਆਪਣੇ ਚਨੇ ਭੁਜੇ ਹੋਏ ਉਹਨਾਂ ਨੂੰ ਗ੍ਰाइंड ਕੀਤਾ ਹੈ ਇਹਦੇ ਵਿੱਚ ਅਸੀਂ ਪਾ ਦੇਣੇ ਜੀ ਇਹ ਹੈ तकरीबन 2 ਕਿਲੋ ਦੇ ਕਰੀਬ ਹੈ ਜੀ ਸ਼ੱਕਰ ਦੇਸੀ ਸ਼ੱਕਰ ਹੈ ਆਰਗੇਨਿਕ ਹੈ ਠੀਕ ਹੈ ਜੀ ਇਹ 1 ਕਿਲੋ ਆ ਗਿਆ ਜੀ ਬਦਾਮ ਜਿਹੜੇ ਸੀ ਕ੍ਰਸ਼ ਕੀਤੇ ਹੋਏ ਆ ਇਹ ਖੋਪਰਾ ਪਾਊਡਰ ਆ ਗਿਆ ਸ਼ਾਇਦ ਆਪਣੇ ਨੂੰ ਬਰਤਨ ਵੱਡਾ ਕਰਨਾ ਪੈ ਜਾਣਾ ਹੈ ਐ ਜੀ ਫੁੱਲ ਮਖਾਣਾ ਐ ਆਪਣੀ ਸੌਫ ਆ ਗਈ ਇਹ ਵੀਡੀਓ ਤੁਸੀਂ ਪੂਰੀ ਦੇਖੋਗੇ ਤੁਹਾਨੂੰ ਸਮਝ ਆ ਜਾਣੀ ਆ ਇਹ ਕਾਜੂ ਆ ਗਏ ਆਪਣੇ ਇਹ ਹਰ ਚੀਜ਼ ਗ੍ਰाइंड ਕਰਕੇ ਹੀ ਪਾਉਣੀ ਆ ਇਹ ਮੂਸਲੀ ਸਫੈਦ ਐ ਇਹ ਜੀ ਆਪਣੇ ਮਗਜ਼ਚਾਰ ਐ ਤੇਲ ਐ ਅਗੇ ਜੀ ਆਪਣੀ এলাਚੀ ਛੋਟੀ এলাਚੀ ਐ ਅਗੇ ਜੀ ਆਪਣਾ ਪਿਸਤਾ ਐ ਜੀ ਖਸ਼ਕਾਸ਼ ਇਹ ਦੇਸੀ ਕੀ ਜਿ ਭੁੰਨੀ ਹੋਈ ਆ ਇਹ ਖਸ਼ਕਾਸ਼ ਤੇ ਜਿਹੜੀ ਆਪਣੀ ਹੈ ਨਾ ਗੂੰਦ ਚਹਾਰ ਇਹ ਅਸੀਂ ਮਿਕਸਚਰ ਬਣਾ ਲਿਆ ਇਹਦਾ ਐ ਜੀ ਆਪਣਾ ਬਰਤਨ ਛੋਟਾ ਹੋ ਗਿਆ ਸੀਗਾ ਤੇ ਹੁਣ ਅਸੀਂ ਟੱਬ ਵੱਡਾ ਲੈ ਲਿਆ ਜਿਸ ਵਿੱਚ ਮਿਕਸ ਕਰਨਾ ਹੈ ਇਹ ਸਾਰੇ ਬਣਾ ਕੇ ਰੱਖੋ ਇਹ ਜਿਸ ਰੇਸ਼ਿਓਣਾ ਮੈਂ ਦੱਸਿਆ ਨਾ ਜੀ ਤੁਸੀਂ ਅਗਰ ਥੋੜਾ ਬਣਾਉਣਾ ਵਾ 1 ਕਿਲੋ ਦਾ ਬਣਾਉਣਾ ਵਾ ਤਾਂ ਤੁਸੀਂ ਉਹਨੂੰ 1 ਕਿਲੋ ਦੇ ਹਿਸਾਬ ਤੇ ਤਕਸੀਮ ਕਰ ਲਓ ਠੀਕ ਹੈ ਨਾ ਜੀ ਇਸ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਫਿਰ ਤੁਸੀਂ 에ਅਰਟਾਈਟ ਜਾਰ ਜਿਹੜੇ ਹੁੰਦੇ ਹਨ ਨਾ ਜੀ ਉਸ ਵਿੱਚ ਪਾ ਕੇ ਰੱਖ ਲੈਣਾ ਇਹਨੂੰ ਉਹ ਵੀ ਤੁਹਾਨੂੰ ਦੱਸ ਦੇਈਆਂ ਲਓ ਜੀ ਆਪਣੀ ਇਹ ਸਫੂਫ ਦਿਮਾਗੀ ਬਣ ਗਿਆ ਇਸ ਨੂੰ ਐਵੇਂ ਨਾ ਇਹ ਟਾਈਟ ਬਰਤਨ ਲੈ ਕੇ ਉਸ ਚ ਪਾ ਲੈਣਾ ਸੀ ਠੀਕ ਹੈ ਤੇ ਡੇਲੀ ਸਮਝੋ ਕਿ 1 टीस्पून ਸੋਰੀ टीस्पून ਨਹੀਂ 1 ਟੇਬਲस्पून ਡੇਲੀ ਇਹ ਖਾ ਲੈਣਾ ਚਾਹ ਪਾਣੀ ਨਾਲ ਖਾ ਲੋ ਚਾਹ ਇਸ ਤਰ੍ਹਾਂ ਖਾ ਲੋ ਬੜਾ ਬਿਹਤਰੀਨ ਤੇ ਮਜ਼ੇਦਾਰ ਹੁੰਦੀ ਹੈ ਇਹ ਖਾਣ ਨੂੰ ਵੀ ਟੇਸਟੀ ਹੁੰਦੀ ਹੈ ਤੇ ਬੱਚਿਆਂ ਨੂੰ ਖਾਓ ਬਹੁਤ ਅੱਛੀ ਸ਼ੈਅ ਹੈ ਵੱਡਿਆਂ ਨੂੰ ਖਾਓ ਖੁਦ ਖਾਓ ਬਿਹਤਰੀਨ ਚੀਜ਼ ਹੈ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਤੇ ਕਰ ਦਿਆ ਕਰੋ ਤੇ ਨਾਲ ਬੈਲ ਆਈਕਨ ਨੂੰ ਵੀ ਦਬਾ ਦਿਆ ਕਰੋ ਤਾਂ ਕਿ ਘੰਟੀ ਜਿਹੜੀ ਹੈ ਨਾ ਸਾਡੀ ਹਰ ਆਉਣ ਵਾਲੀ ਰੈਸਪੀ ਤੁਹਾਨੂੰ ਘੰਟੀ ਟਨ ਕਰਕੇ ਵੱਜੇ ਤੁਹਾਨੂੰ ਪਤਾ ਲੱਗ ਜਾਵੇ ਠੀਕ ਹੈ ਜੀ ਅਸਲਾਮੁਅਲੈਕਮ ਮੁਹੰਮਦ ਸ਼ੁਆਇਬ ਜ਼ਕੀ ਨਗਰ